ਹਾਂਜੀ ਸਾਰਿਆਂ ਨੂੰ ਡਾਕਟਰ ਜੀ ਸਤਿ ਸ਼੍ਰੀ ਅਕਾਲ। ਅਸੀਂ ਡਾਇਰੈਕਟਰ ਸਰਦਾਰ ਸਤਨਾਮ ਸਿੰਘ ਜੀ ਦੇ ਰੂਮ ਦੇ ਵਿੱਚ ਕਸਟਮ ਬੱਚਿਆਂ ਭਾਸ਼ਾ ਭਾਗ ਪਟਿਆਲਾ ਵਿਖੇ ਅਤੇ ਸਾਡੀ ਮਾਣ ਪੰਜਾਬੀ ਅਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਦੀ ਇੰਗਲੈਂਡ ਦੀ ਟੀਮ ਦੇ ਕਾਫੀ ਅਹੁਦੇਦਾਰ ਇੱਥੇ ਹਾਜ਼ਰ ਨੇ ਅਤੇ ਭਾਸ਼ਾ ਭਾਗ ਦੇ ਵੀ ਅਹੁਦੇਦਾਰ ਇੱਥੇ ਕਾਫੀ ਹਾਜ਼ਰ ਹੈ ਨੇ ਅਤੇ ਹਾਜ਼ਰ ਸੀ ਵੀ। ਹੁਣ ਅਸੀਂ ਡਾਕਟਰ ਸਾਹਿਬ ਜਿਹੜੇ ਨਵੇਂ ਬਣੇ ਨੇ ਸਰਦਾਰ ਜਸਵੰਤ ਸਿੰਘ ਜਫਰ ਉਹਨਾਂ ਨੂੰ ਵੈਲਕਮ ਕਰਕੇ ਆਏ ਆ ਆਪਣੇ ਇੰਗਲੈਂਡ ਮੰਚ ਵੱਲੋਂ, ਜਿਹਦੇ ਵਿੱਚ ਮੇਰੇ ਨਾਲ ਸਾਡੇ ਸਰਕਾਰ 'ਚ ਡਾਕਟਰ ਚੰਦਰਪਾਲ ਕੌਰ ਜੀ ਨਾਲ, ਹਰਦੀਪ ਸਵਾਲ ਜੀ ਨਾਲ, ਸਾਡੇ ਕੌਮੀ ਪ੍ਰਧਾਨ ਸਰਦਾਰ ਸਰਦੂਪ ਸਿੰਘ ਜੀ ਭੱਲਾ ਔਰ ਨਾਲ ਸਾਡੇ ਰਾਉਕੇ ਤੋਂ ਬਾਬਾ ਜਰਨਲ ਸਿੰਘ ਜੀ, ਨਾਲ ਮੇਰੇ ਵੀਰ ਮਨਜੀਤ ਸਿੰਘ ਜੀ ਬੀੜ ਰਾਉਕੇ ਤੋਂ, ਸਾਡੀ ਭੈਣ ਆਸਾ ਜੀ ਆਸਾ ਸ਼ਰਮਾ ਜੀ ਪਟਿਆਲਾ, ਔਰ ਮੇਰੇ ਸਤਿਕਾਰਯੋਗ ਭੈਣ ਜਸਪ੍ਰੀਤ ਕੌਰ ਜੀ ਡਿਪਟੀ ਡਾਇਰੈਕਟਰ, ਔਰ ਮੇਰੇ ਲੇਖਕ ਇੱਕ ਸਾਹਿਤਕਾਰ ਨਾਮੀ ਸਾਹਿਤਕਾਰ ਵੀਰ ਤਰਲੋਕ ਸਿੰਘ ਜੀ ਢਿੱਲੋਂ ਇਸ ਵੇਲੇ ਹਾਜ਼ਰ ਹੈ ਸਾਡੇ ਨਾਲ, ਹੁਣੇ ਥੋੜ੍ਹੀ ਦੇਰ ਬੈਠੇ ਗਏ ਹੈ। ਆਪਣੇ ਗਿੱਲ ਸਾਹਿਬ ਬੈਠੇ ਗਏ ਆ, ਤੇਜਿੰਦਰ ਸਿੰਘ ਗਿੱਲ, ਅਤੇ ਆਪਣੇ ਸਾਡੇ ਮੰਚ ਦੀ ਮੁੱਖ ਸਲਾਹਕਾਰ ਵੀ ਮੋਹਾਲੀ ਯੂਨੀਵਰਸਿਟੀ ਤੋਂ ਜਿਹੜੇ ਖੋਜਕਾਰ ਨੇ ਦਵਿੰਦਰ ਕੌਰ ਖੁਸ਼ ਧਾਲੀਵਾਲ, ਉਹ ਵੀ ਇੱਥੇ ਹਾਜ਼ਰ ਨੇ। ਅਤੇ ਅਸੀਂ ਸਾਰੇ ਅੱਜ ਭਾਸ਼ਾ ਭਾਗ 'ਤੇ ਪਹੁੰਚ ਕੇ ਅਤੇ ਇਹਨਾਂ ਨੂੰ ਆਪਣੇ ਸਨਮਾਨ ਕਰਨ ਵਾਸਤੇ ਵੈਲਕਮ ਕਰਨ ਵਾਸਤੇ ਜਫਰ ਸਾਹਿਬ ਦਾ ਪਹੁੰਚੇ ਸੀ, ਅਤੇ ਨਾਲ ਸਾਰੇ ਅਸੀਂ ਵੀ ਸਾਡੇ ਡਿਪਟੀ ਡਾਇਰੈਕਟਰ ਸਰਦਾਰ ਸਤਨਾਮ ਸਿੰਘ ਜੀ ਬੈਠੇ ਨੇ, ਇਹਨਾਂ ਦੀ ਹੱਥ ਵਿੱਚ ਅਸੀਂ ਇਹਨਾਂ ਦੇ ਰੂਮ ਦੇ ਵਿੱਚ ਆਪਣੇ ਪੀ ਕੇ ਮਠਿਆਈ ਵਗੈਰਾ ਛੱਕ ਕੇ ਗੱਪੇ ਲਾ ਕੇ, ਅਤੇ ਸਾਰੇ ਆਈਟਮ ਫ੍ਰੀ ਹੈ। ਹੁਣ ਜਾਣ ਦੀਆਂ ਵਾਪਸੀ ਦਾ ਸਾਰੇ ਦਾ ਤਿਆਰੀਆਂ ਨੇ। ਇਹੋ ਅਰਦਾਸ ਮਾਲਕ ਦੇ ਅੱਗੇ ਸਾਡੇ ਨਾਲ ਜੋਹਰਾ ਸਾਹਿਬ ਪਰਮਜੀਤ ਸਿੰਘ ਜੀ ਜੋਹਰਾ, ਜਿਨ੍ਹਾਂ ਨੇ ਬੁੱਕ ਤਿਆਰ ਕੀਤੀ ਹੈ ਸਾਡੀ ਸੋਨ ਸੁਨਹਿਰੀ ਕਲਮਾਂ, ਜਿਹਦੇ ਵਿੱਚ ਵਿਸ਼ਵ ਭਰ ਦੇ 80 ਲੇਖਕਾਂ ਨੇ ਹਿੱਸਾ ਲਿਆ, ਦੁਨੀਆ ਭਰ ਦੇ 80 ਲੇਖਕਾਂ ਨੇ ਇਸ ਕਿਤਾਬ ਦੇ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ ਵੀ ਧੀਆਂ ਭੈਣਾਂ ਸਾਂਝੀਆਂ ਸਾਡੀ ਕਿਤਾਬ ਇਹਨਾਂ ਨੇ ਪਬਲਿਸ਼ ਕੀਤੀ ਸੀ। ਹੁਣ ਮੇਰੀ ਇੱਕ ਮੌਲਿਕ ਕਿਤਾਬ ਪੁਸਤਕਾਰੀ ਹੈ ਗੀਤ ਗਜ਼ਲਾਂ ਅਤੇ ਕਵਿਤਾਵਾਂ ਦੇ ਵਿਹਾਰਾਂ ਦੇ ਵਿੱਚ ਕੁਛ ਖਾਸ ਚੀਜ਼ਾਂ ਪੇਸ਼ ਨੇ, ਉਹਦਾ ਨਾਮ ਰੱਖਿਆ ਸੀ ਕਿਉਂਕਿ ਸ਼ੁਰੂ ਤੋਂ ਬਹੁਤ ਪੁਰਾਣੀ ਮੇਰੀ ਗਜ਼ਲ ਰਿਕਾਰਡ ਹੈ ਸੋਨੇ ਦੀ ਤਸਵੀਰ, ਉਹ ਗਜ਼ਲ ਦੇ ਨਾਂ 'ਤੇ ਪੁਸਤਕ ਦਾ ਨਾਂ, ਉਹ ਵੀ ਇਹ ਚੱਲ ਕਰ ਰਿਹਾ ਜਲਦੀ ਅਸੀਂ ਸ਼ਾਇਦ ਇੱਥੇ ਭਾਸ਼ਾ ਭਗਤ ਮੈਂ ਹੁੰਦਿਆਂ ਅਤੇ ਉਹ ਲੇਖ ਕਰਕੇ ਜਾਣ ਦੀ ਕੋਸ਼ਿਸ਼ ਕਰਾਂਗਾ। ਸੋ ਇਹ ਸਾਰਿਆਂ ਦਾ ਮੈਂ ਜਿਤਨੇ ਵੀ ਆਏ ਨੇ ਸਾਡੇ ਸਰਕਾਰਯੋਗ ਵੀਰ ਸਤਨਾਮ ਸਿੰਘ ਜੀ, ਤਰਲੋਕ ਸਿੰਘ ਢਿੱਲੋਂ ਜੀ, ਜਸਪ੍ਰੀਤ ਜਸਵਿੰਦਰ ਜਸਪ੍ਰੀਤ ਕੌਰ ਜੀ, ਸਾਡੇ ਆਸਾ ਜੀ ਭੱਲਾ ਸਾਹਿਬ ਬੇਟੇ ਨੇ ਇੰਦਰਪਾਲ ਜੀ, ਹਰਦੀਪ ਜੀ, ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਅਤੇ ਕਿਉਂਕਿ ਵਿਚਰਦੇ ਹਾਂ ਸਾਰਿਆਂ ਨਾਲ, ਕਈ ਵਾਰੀ ਉਹ ਜਨੇ ਵਿੱਚ ਰਹਿ ਜਾਂਦਾ, ਕਈ ਵਾਰੀ ਕੋਈ ਊਣ ਤਾਈਆਂ ਰਹਿ ਜਾਂਦੀਆਂ ਨੇ, ਸੋ ਕੋਈ ਊਣ ਤਾਂ ਨਹੀਂ ਰਹੀ ਹੋਵੇ ਸਾਡੇ ਨਾਲ, ਕਿਉਂਕਿ ਕੁਝ ਅਸੀਂ ਲੇਖਕਾਂ ਨੂੰ ਵੀ ਗੁਰਸ਼ਰਨ ਕੌਰ ਦੇਵਗਨ ਆਏ ਸੀਗੇ, ਉਹਨਾਂ ਨੂੰ ਵੀ ਭੇਟਾ ਕੀਤੀਆਂ ਕਿਤਾਬਾਂ ਪੁਸਤਕਾਂ, ਇਹ ਸੋਮ ਸਲੈਰੀ ਕਰਮਾ, ਆਪਣੇ ਅਮਰਜੀਤ ਕੌਰ ਆਸ਼ਟਾ ਦਾ ਬੇਟਾ ਆਇਆ ਸੀ, ਉਹਨਾਂ ਨੂੰ ਕਿਤਾਬਾਂ ਭੇਟ ਕੀਤੀਆਂ, ਅਤੇ ਹੋਰ ਵੀ ਆਪਣੇ ਕਿਤਾਬਾਂ ਭੇਟ ਕੀਤੀਆਂ। ਸਾਡੇ ਮਹਿੰਦਰ ਸਿੰਘ ਦੀ ਜੱਗੀ ਪਹੁੰਚ ਨਹੀਂ ਸਕੇ ਕਿਸੇ ਕਾਰਨ, ਉਹਨਾਂ ਦੇ ਜਿਹੜੀਆਂ ਕਿਤਾਬਾਂ ਸੰਤੋਖ ਸਿੰਘ ਭੱਲਾ ਜੀ ਬੈਠੇ ਨੇ,
ਕਿ ਕੁਛ ਕਹਿ ਵੀ ਰਿਹਾ, ਪਰ ਅਕਲ ਮੈਂ ਸੁਣਾਂਗਾ ਬਾਅਦ 'ਚ। ਲੇਕਿਨ ਇਹਨਾਂ ਨੂੰ ਉਹ ਜ਼ਿੰਮੇਵਾਰੀ ਸੌਂਪ ਗਏ ਆ, ਇਹਨਾਂ ਨੂੰ ਕਿਤਾਬਾਂ ਅਸੀਂ ਭੇਟ ਕਰ ਦਿਆਂਗੇ। ਅਤੇ ਸੋ ਇੰਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਦਾ ਜਾਚਕ ਸਾਰਿਆਂ ਦਾ, ਫਿਰ ਤੋਂ ਬਹੁਤ ਬਹੁਤ ਧੰਨਵਾਦ ਪਾਤਸ਼ਾਹ ਭਾਗ ਦਾ ਵੀ, ਸਾਡੇ ਮੰਚ ਦੇ ਅਹੁਦੇਦਾਰਾਂ ਦਾ ਵੀ, ਸਾਡੇ ਪ੍ਰਬੰਧਕਾਂ ਦਾ ਵੀ ਗੁਰਦੁਆਰੇ ਵੱਲੋਂ, ਔਰ ਸਾਡੇ ਲੇਖਕ ਸਾਹਿਬ ਧਰਮ ਵੀਰਾਂ ਭੈਣਾਂ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।